ਅੱਜ ਦਾ ਅਸੀਂ ਪ੍ਰੋਗਰਾਮ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਹੋਣ ਵਾਲੀ ਖੇਤੀਬਾੜੀ ਖੇਤੀਬਾੜੀ ਦੇ ਵਿੱਚ ਜਿਹੜੀਆਂ ਫਸਲਾਂ ਆ ਜਾਂਦੀਆਂ ਨੇ ਅਤੇ ਉਹ ਫਸਲਾਂ ਦੇ ਉੱਤੇ ਜਿਹੜੀਆਂ ਰੇਹਾਂ ਸਪਰੇਹਾਂ ਕੀਟਨਾਸ਼ਕ ਦਵਾਈਆਂ ਜਾਂ ਕੁਝ ਵੀ ਤੁਸੀਂ ਕਹਿ ਸਕਦੇ ਹੋ ਉਸ ਨੂੰ ਕਈ ਤਾਂ ਕਹਿੰਦੇ ਨੇ ਕਿ ਜ਼ਹਿਰ ਹੀ ਹੈ। ਇਹ ਦਵਾਈਆਂ ਜਿਹੜੀਆਂ ਅਸੀਂ ਰੇਹਾਂ ਸਪਰੇਹਾਂ ਦੇ ਰੂਪ ਵਿੱਚ ਆਪਣੇ ਫਸਲਾਂ ਦੇ ਉੱਤੇ ਛਿੜਕ ਰਹੇ ਹਾਂ, ਜਿਹੜੇ ਅੰਕੜੇ ਸਾਹਮਣੇ ਆਏ ਨੇ ਉਹ ਸੱਚਮੁੱਚ ਹੀ ਹੈਰਾਨ ਕਰ ਦੇਣ ਵਾਲੇ ਨੇ। ਪੰਜਾਬ ਸੂਬਾ ਹੈ ਜਿਹੜਾ, ਉਸ ਪੰਜਾਬ ਸੂਬੇ ਦੇ ਵਿੱਚ ਜੋ ਇਹ ਰੇਹਾਂ ਸਪਰੇਹਾਂ ਨੇ ਇਹ ਬਾਕੀ ਸਾਰੇ ਦੇਸ਼ ਦੇ ਨਾਲੋਂ ਵੀ ਜ਼ਿਆਦਾ ਵਰਤੀਆਂ ਜਾ ਰਹੀਆਂ ਨੇ। ਇਹ ਰਾਜ ਸਭਾ ਦੇ ਵਿੱਚ ਕੇਂਦਰੀ ਮੰਤਰੀ ਨੇ ਅੰਕੜੇ ਜਾਰੀ ਕੀਤੇ ਨੇ, ਸਾਡੇ ਕੋਲ ਡਿਟੇਲ ਪਹੁੰਚੀ ਹੈ, ਇਕੱਲੀ ਇਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ। ਮਾਹਰ ਸਾਡੇ ਨਾਲ ਮੌਜੂਦ ਹੋਣਗੇ, ਉਹਨਾਂ ਤੋਂ ਜਾਣਾਂਗੇ ਕੀ ਕਾਰਨ ਹੈ ਪੰਜਾਬ ਦੇ ਵਿੱਚ ਇਹ ਕਿਹੜਾ ਜ਼ਹਿਰ ਹੈ ਜਿਹੜਾ ਦਿਨੋਂ ਦਿਨ ਉੱਗ ਰਿਹਾ, ਕਿਉਂ ਯੂਰੀਆ ਦੀ ਮੰਗ ਦਿਨੋਂ ਦਿਨ ਵੱਧ ਰਹੀ ਹੈ, ਕਿਉਂ ਕਿਸਾਨ ਨੇ ਜਿਹੜੇ ਯੂਰੀਆ ਛਿੜਕ ਰਹੇ ਨੇ ਆਪਣੀਆਂ ਫਸਲਾਂ ਦੇ ਉੱਤੇ, ਕਿਤੇ ਨਾ ਕਿਤੇ ਸਾਈਡ ਇਫੈਕਟਸ ਤਾਂ ਇਹਨਾਂ ਦੇ ਜ਼ਰੂਰ ਹੁੰਦੇ ਹੀ ਨੇ ਨਾ, ਜੇ ਜ਼ਿਆਦਾ ਨਹੀਂ ਹੁੰਦੇ ਤਾਂ ਥੋੜ੍ਹੇ ਤਾਂ ਜ਼ਰੂਰ ਵੇਖਣ ਨੂੰ ਮਿਲਦੇ ਨੇ। ਅੰਕੜਿਆਂ ਦੇ ਵਿੱਚ ਇਹ ਖੁਲਾਸਾ ਹੋਇਆ ਕਿ 2023-24 ਦੌਰਾਨ 247 ਤੋਂ ਵੱਧ 247 ਕਿਲੋ ਪ੍ਰਤੀ ਹੈਕਟੇਅਰ ਵਰਤੀ ਜਾਂਦੀ ਹੈ ਜਿਹੜੀ ਖਾਦ ਹੈ ਖਪਤਕਾਰ, ਅਤੇ ਪੰਜਾਬ ਇੱਕ ਅਜਿਹਾ ਸੂਬਾ ਜਿਹੜਾ ਦੇਸ਼ ਭਰ ਦੇ ਵਿੱਚ ਸਿਰਫ 1.5% ਹਿੱਸਾ ਖੇਤਰਫਲ ਦਾ ਸਾਰੇ ਦੇਸ਼ ਦੇ ਵਿੱਚੋਂ, ਅਤੇ ਵਰਤੀਆਂ ਜਾਂਦੀਆਂ ਖਾਦਾਂ ਦਾ 9% ਖਪਤਕਾਰ ਹੈ ਪੂਰੇ ਦੇਸ਼ ਦੇ ਵਿੱਚ। ਤੁਹਾਡੇ ਸਾਹਮਣੇ ਚੱਲ ਰਹੇ ਨੇ ਟੀਵੀ ਸਕਰੀਨ ਦੇ ਉੱਤੇ ਅੰਕੜੇ, ਪੰਜਾਬ ਦੇ ਕੋਲ ਦੇਸ਼ ਦੇ ਖੇਤਰਫਲ ਦਾ 1.53% ਹਿੱਸਾ ਹੈ, ਪਰ ਸਾਰੇ ਦੇਸ਼ ਦੀਆਂ 9% ਦਵਾਈਆਂ ਨੇ ਜਿਹੜੀਆਂ ਰੇਹਾਂ ਸਪਰੇਹਾਂ ਉਹ ਪੰਜਾਬ ਵਰਤ ਰਿਹਾ ਹੈ। 2023-24 ਦੌਰਾਨ, ਸਾਲ 2023-24 ਦੌਰਾਨ 247.61 ਕਿਲੋ ਪ੍ਰਤੀ ਹੈਕਟੇਅਰ ਇਹ ਅੰਕੜੇ ਸਾਹਮਣੇ ਆਏ ਨੇ। ਯੂਰੀਆ ਦੀ ਖਪਤ ਵੀ ਇਸ ਦੇ ਵਿੱਚ ਆ ਜਾਂਦੀ ਹੈ। ਯੂਰੀਆ ਦੀ ਖਪਤ ਹੈ ਜਿਹੜੀ 2020 ਅਤੇ 21 ਦੇ ਵਿੱਚ 28 ਲੱਖ ਟਨ ਸੀ, ਅਤੇ ਇਹ ਵੱਧ ਕੇ ਹੋ ਗਈ ਹੈ 2022-23 ਦੇ ਵਿੱਚ, ਪਿਛਲੇ ਸਾਲ ਦੇ ਅੰਕੜੇ 29 ਲੱਖ, ਮਤਲਬ ਦਿਨੋਂ ਦਿਨ ਇਹ ਵੱਧ ਹੀ ਰਹੀ ਹੈ, ਇਹ ਘਟਣ ਦਾ ਨਾਲ ਨਹੀਂ ਲੈ ਰਹੀ। ਤਾਂ ਜੋ ਇਹ ਪੰਜਾਬ ਦੇ ਵਿੱਚ ਜ਼ਹਿਰ ਉੱਗਿਆ ਜਾ ਰਿਹਾ ਹੈ, ਯੂਰੀਆ ਖਾਦ ਦੀ ਜੋ ਵਰਤੋਂ ਹੈ ਇਹ ਸਭ ਤੋਂ ਵੱਧ ਹੈ, ਇਹ ਦੇਸ਼ ਦੇ ਨਾਲੋਂ ਪੰਜਾਬ ਦੇ ਵਿੱਚ ਜ਼ਿਆਦਾ ਰੇਹ ਵਰਤੀ ਜਾ ਰਹੀ ਹੈ, ਇਹ ਕੀ ਕਾਰਨ ਨੇ, ਕਿਉਂ ਇਹ ਰੇਹ ਹੈ ਜਿਹੜੀ ਵਰਤੀ ਜਾ ਰਹੀ ਹੈ, ਕਿਉਂ ਇਹ ਜ਼ਹਿਰ ਜਿਹੜਾ ਪੰਜਾਬ ਦੇ ਵਿੱਚ ਉੱਗ ਰਿਹਾ ਹੈ। ਪੰਜਾਬ ਨੂੰ ਤਾਂ ਧਰਤੀ ਕਿਹਾ ਜਾਂਦਾ ਹੈ ਕਿ ਅੰਨਦਾਤਿਆਂ ਦੀ ਧਰਤੀ ਹੈ ਪੰਜਾਬ, ਜਿਹੜਾ ਸਭ ਤੋਂ ਵੱਧ ਖੇਤਰਫਲ ਜਿਹੜਾ ਫਸਲਾਂ ਦਾ ਜੋ ਪੈਦਾਵਾਰ ਹੁੰਦੀ ਹੈ, ਫਸਲਾਂ ਦੀ ਕਾਸ਼ਤਕਾਰ ਹੈ ਉਹ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਦੇਸ਼ ਦੇ ਵਿੱਚ ਹੁੰਦੀ ਹੈ। ਪਰ ਜੇ ਦੂਜੇ ਪਾਸੇ ਵੇਖੀਏ ਤਾਂ ਰੇਹਾਂ ਸਪਰੇਹਾਂ ਦੀ ਖਪਤ ਵਿੱਚੋਂ ਵੀ ਪੰਜਾਬ ਕੋਈ ਪਿੱਛੇ ਨਹੀਂ। ਹਾੜੀ ਦੇ ਸੀਜ਼ਨ ਦੀ ਖਾਦ ਦੀ ਵਰਤੋਂ ਦੀ ਗੱਲ ਤੁਹਾਡੇ ਨਾਲ ਜੇ ਮੈਂ ਸਾਂਝੀ ਕਰਾਂ ਤਾਂ ਅਸੀਂ ਚਲੇ ਜਾਂਦੇ ਹਾਂ ਹਰੀ ਕ੍ਰਾਂਤੀ ਤੋਂ ਪਹਿਲਾਂ ਦੇ ਸਮੇਂ ਦੇ ਵਿੱਚ, 1960-61 ਦੇ ਦੌਰ ਦੇ ਵਿੱਚ 500 ਟਨ ਖਾਦ ਮਹਿਜ਼ ਵਰਤੀ ਜਾਂਦੀ ਸੀ, ਅਤੇ ਅੱਜ ਦੀ ਡੇਟ ਦੇ ਵਿੱਚ ਇਹ 20 ਲੱਖ ਦੇ ਕਰੀਬ ਪਹੁੰਚ ਗਈ ਹੈ। ਤਾਂ ਇਹ 4200-4200 ਗੁਣਾ ਜ਼ਿਆਦਾ ਜਿਹੜੀ ਖਾਦ ਦੀ ਵਰਤੋਂ ਹੋ ਰਹੀ ਹੈ ਪੰਜਾਬ ਦੇ ਵਿੱਚ। ਅੱਜ ਇਸੇ ਵਿਸ਼ੇ ਦੇ ਉੱਤੇ ਅਸੀਂ ਚਰਚਾ ਕਰਨੀ ਹੈ। ਚਰਚਾ ਕਰਨ ਦੇ ਲਈ ਖਾਸ ਤੌਰ 'ਤੇ ਮੁੱਖ ਮਹਿਮਾਨ ਜੁੜ ਚੁੱਕੇ ਨੇ, ਐਗਰੀਕਲਚਰ ਡਿਵੈਲਪਮੈਂਟ ਆਫਿਸਰ ਜਸ਼ਨਪ੍ਰੀਤ ਸਿੰਘ ਬਰਾੜ, ਕਿਸਾਨ ਆਗੂ ਨੇ ਸਾਡੇ ਕੋਲ ਜੰਗਵੀਰ ਚੌਹਾਨ, ਅਤੇ ਕਾਕਾ ਗਾਂਧੀ ਜੀ ਨੇ ਜਿਹੜੇ ਵਪਾਰ ਕਰਦੇ ਨੇ ਫਰਟੀਲਾਈਜ਼ਰਸ ਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਦੇ ਵਿੱਚ। ਧੰਨਵਾਦ ਜੀ। ਅਸੀਂ ਸ਼ੁਰੂਆਤ ਕਰਾਂਗੇ ਜਸ਼ਨਪ੍ਰੀਤ ਸਿੰਘ ਬਰਾੜ ਦੇ ਵੱਲੋਂ, ਐਗਰੀਕਲਚਰ ਡਿਵੈਲਪਮੈਂਟ ਆਫਿਸਰ ਨੇ। ਬਰਾੜ ਸਾਹਿਬ, ਅੰਕੜੇ ਜਾਰੀ ਹੋਏ ਨੇ, ਅੰਕੜਿਆਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਇਹੀ ਪਾਇਆ ਗਿਆ ਕਿ ਪੰਜਾਬ ਹੈ ਜਿਹੜਾ ਉਹ ਸਾਰੇ ਦੇਸ਼ ਦੇ ਨਾਲੋਂ ਵੱਧ ਫਰਟੀਲਾਈਜ਼ਰਸ ਵਰਤ ਰਿਹਾ।
ਵਰਤ ਰਿਹਾ ਇਹ ਅੰਕੜੇ ਆਏ ਆ, ਬਟ ਪ੍ਰੋਡਕਸ਼ਨ ਵੀ ਇੱਥੇ ਕੁਝ ਜ਼ਿਆਦਾ ਹੋ ਰਹੀ ਹੈ ਜੀ, ਬਾਕੀ ਐਸ ਕੰਪੇਅਰ ਟੂ ਜਿਹੜਾ ਇੰਡੀਆ ਦਾ ਐਵਰੇਜ ਆ। ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਹੈ ਤੁਸੀਂ ਕਹਿ ਰਹੇ ਹੋ, ਤਾਂ ਪ੍ਰੋਡਕਸ਼ਨ ਜੇ ਪ੍ਰੋਡਕਸ਼ਨ ਦੇ ਉੱਤੇ ਨਿਗਾਹ ਮਾਰੀਏ ਤਾਂ ਕੀ ਪ੍ਰੋਡਕਸ਼ਨ ਦੇ ਜਿਹੜੇ ਅੰਕੜੇ ਨੇ ਉਹ ਇਹਨਾਂ ਦੇ ਨਾਲ ਮੇਲ ਖਾਂਦੇ ਨੇ ਹੁਣ, ਕਿਉਂਕਿ ਜਿਹੜਾ ਰਾਸ਼ਟਰੀ ਔਸਤ ਹੈ 140 ਦੇ ਕਰੀਬ ਹੈ, 140 ਪ੍ਰਤੀ ਹੈਕਟੇਅਰ ਦੇ ਕਰੀਬ ਹੈ 140 ਕਿਲੋ, ਪਰ ਜਿਹੜੀ ਵਰਤੋਂ ਹੈ ਉਹ 250 ਦੇ ਕਰੀਬ ਹੋ ਰਹੀ ਹੈ ਜੀ, 247.61, ਕਿਉਂਕਿ ਹੁਣ ਜ਼ਿਆਦਾਤਰ ਤਾਂ ਜਿਹੜੇ ਡਾਕਟਰਸ ਨੇ ਇਹ ਵੀ ਸਾਨੂੰ ਸੁਣਨ ਨੂੰ ਮਿਲਦਾ ਹੈ, ਅਸੀਂ ਬੇਸ਼ੱਕ ਇਹਨਾਂ ਦੇ ਲਈ ਫਰਟੀਲਾਈਜ਼ਰ ਸ਼ਬਦ ਵਰਤ ਲੈਂਦੇ ਹਾਂ, ਉਹ ਵੀ ਇੰਡੀਆ ਦੀ ਐਵਰੇਜ ਪ੍ਰੋਡਕਸ਼ਨ ਪ੍ਰੋਡਕਟੀਵਿਟੀ ਨਾਲੋਂ ਜ਼ਿਆਦਾ ਆ ਰਹੀ ਹੈ ਜੀ। ਬਰਾੜ ਸਾਹਿਬ, ਅਸੀਂ ਫਰਟੀਲਾਈਜ਼ਰਸ ਸ਼ਬਦ ਵਰਤ ਲੈਂਦੇ ਹਾਂ, ਅਸੀਂ ਰੇਹਾਂ ਸਪਰੇਹਾਂ ਸ਼ਬਦ ਵਰਤ ਲੈਂਦੇ ਹਾਂ, ਪਰ ਜ਼ਿਆਦਾ ਤੌਰ ਦੇ ਉੱਤੇ ਕਈ ਜਿਹੜੇ ਆਮ ਤੌਰ ਦੇ ਉੱਤੇ ਲੋਕ ਕਹਿੰਦੇ ਨੇ ਕਿ ਇਹ ਜ਼ਹਿਰ ਹੈ। ਹੁਣ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਔਰਗੈਨਿਕ ਫਸਲ ਨੂੰ ਵੀ ਕਿਤੇ ਨਾ ਕਿਤੇ ਵਾਧਾ ਮਿਲ ਰਿਹਾ, ਅਗਾਊਂ ਜਿਹੜੇ ਕਿਸਾਨ ਨੇ ਉਹ ਔਰਗੈਨਿਕ ਖੇਤੀ ਕਰ ਰਹੇ ਨੇ, ਅਤੇ ਹਰ ਕੋਈ ਜਿਹੜਾ ਚਾਹੇ ਪਿੰਡ ਦੇ ਵਿੱਚ ਬੈਠਾ ਚਾਹੇ ਸ਼ਹਿਰ ਦੇ ਵਿੱਚ ਬੈਠਾ, ਉਹ ਚਾਹੁੰਦਾ ਕਿ ਮੈਂ ਔਰਗੈਨਿਕ ਖੇਤੀ ਲੈ ਆਵਾਂ, ਇਹ ਫਰਟੀਲਾਈਜ਼ਰ ਦੀ ਵਰਤੋਂ ਫਿਰ ਕਿਉਂ ਹੋ ਰਹੀ ਹੈ? ਬਰਾੜ ਸਾਹਿਬ, ਸਾਡੀ ਆਵਾਜ਼ ਤੁਹਾਡੇ ਤੱਕ ਸਹੀ ਨਹੀਂ ਪਹੁੰਚ ਰਹੀ, ਮੈਂ ਚਾਹੁੰਦਾ ਤੁਸੀਂ ਫਰੇਮ ਸੈੱਟ ਕਰ ਲਓ ਆਪਣਾ। ਅਸੀਂ ਜੰਗਵੀਰ ਸਿੰਘ ਚੌਹਾਨ ਦੇ ਕੋਲ ਚੱਲਦੇ ਹਾਂ, ਕਿਸਾਨ ਆਗੂ ਨੇ ਸਾਡੇ ਕੋਲ ਮੁੱਖ ਤੌਰ ਦੇ ਉੱਤੇ ਜੀ। ਜੰਗਵੀਰ ਜੀ, ਤੁਸੀਂ ਕਿਸਾਨਾਂ ਦੇ ਵਿੱਚ ਰਹਿੰਦੇ ਹੋ, ਚਰਚਾਵਾਂ ਨੇ ਜਿਹੜੀਆਂ ਹੁੰਦੀਆਂ ਰਹਿੰਦੀਆਂ ਨੇ, ਕਿਸਾਨ ਆਗੂ ਕਿਵੇਂ ਉਹ ਖੇਤੀਬਾੜੀ ਕਰਦੇ ਨੇ, ਕਿਹੜੀਆਂ ਉਹਨਾਂ ਦੀਆਂ ਮੰਗਾਂ ਹੁੰਦੀਆਂ ਨੇ, ਉਹ ਦਵਾਈਆਂ ਪਾਉਣ ਤੋਂ ਕਈ ਕਹਿੰਦੇ ਨੇ ਕਿ ਅਸੀਂ ਰਹਿ ਨਹੀਂ ਸਕਦੇ, ਸਾਨੂੰ ਪਾਉਣੀਆਂ ਹੀ ਪੈਂਦੀਆਂ ਨੇ, ਜਿਹੜੀ ਇਹ ਦਵਾਈਆਂ ਦੀ ਵਰਤੋਂ ਹੋ ਰਹੀ ਹੈ ਇਹ ਬਹੁਤ ਜ਼ਿਆਦਾ ਕਿਉਂ ਹੋ ਰਹੀ ਹੈ? ਹੈਲੋ, ਹਾਂਜੀ, ਸਾਡੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ? ਹਾਂਜੀ ਹਾਂਜੀ, ਹੁਣ ਆਈ ਜੀ। ਅਸੀਂ ਇਹੀ ਸਵਾਲ ਕਰ ਰਹੇ ਹਾਂ ਕਿ ਤੁਸੀਂ ਹਰ ਵਕਤ ਕਿਸਾਨਾਂ ਦੇ ਵਿੱਚ ਰਹਿੰਦੇ ਹੋ, ਕਿਸਾਨਾਂ ਦੇ ਨਾਲ ਉੱਠਣਾ ਬੈਠਣਾ ਤੁਹਾਡਾ, ਜਿਹੜੇ ਕਾਸ਼ਤਕਾਰ ਨੇ ਉਹਨਾਂ ਦੀਆਂ ਦੁੱਖ ਤਕਲੀਫਾਂ ਨੇ ਉਹਨਾਂ ਤੋਂ ਵੀ ਤੁਸੀਂ ਜਾਣੂ ਹੋ, ਉਹਨਾਂ ਦੇ ਲਈ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਲਈ ਵੀ ਤੁਸੀਂ ਸਰਕਾਰ ਤੱਕ ਆਵਾਜ਼ ਪਹੁੰਚਾਉਂਦੇ ਰਹਿੰਦੇ ਹੋ। ਅੱਜ ਅਸੀਂ ਇਹ ਰੇਹਾਂ ਸਪਰੇਹਾਂ ਦਾ ਮੁੱਦਾ ਚੁੱਕਿਆ, ਜਿਹੜੇ ਅੰਕੜੇ ਸਾਹਮਣੇ ਆਏ ਨੇ, ਇੱਕ ਤਾਂ ਖਪਤ ਵੀ ਵੱਧ ਰਹੀ ਹੈ ਅਤੇ ਜੋ ਕਾਸ਼ਤਕਾਰ ਦਾ ਰਕਬਾ ਹੈ ਉਹ ਵੀ ਵੱਧ ਰਿਹਾ ਦਿਨੋ ਦਿਨ, ਅਤੇ ਜੋ ਵਰਤੋਂ ਹੈ ਖਾਦਾਂ ਦੀ, ਯੂਰੀਆ ਦੀ ਸਭ ਤੋਂ ਵੱਧ ਵਰਤੋਂ ਹੋ ਰਹੀ ਹੈ, ਤਾਂ ਕਿਉਂ ਕਿਸਾਨਾਂ ਨੂੰ ਇਹ ਵਰਤੋਂ ਕਰਨੀ ਪੈ ਰਹੀ ਹੈ, ਕਿਉਂ ਕਿਸਾਨ ਨੇ ਜਿਹੜੇ ਇਹ ਫਰਟੀਲਾਈਜ਼ਰ ਦੇ ਮੁਥਾਜ ਬਣ ਕੇ ਰਹਿ ਗਏ ਨੇ? ਦੇਖੋ, ਗੱਲ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਬਰਾੜ ਸਾਹਿਬ ਨੇ ਦੱਸਿਆ ਕਿ ਜੇ ਖਾਦ ਦੀ ਖਪਤ ਹੁੰਦੀ ਹੈ ਤਾਂ ਪ੍ਰੋਡਕਸ਼ਨ ਵਧਦੀ ਆ, ਵਧੀ ਆ ਪੰਜਾਬ ਦੇ ਵਿੱਚ। ਚਲੋ, ਮੈਂ ਕਹਿੰਦਾ ਪ੍ਰੋਡਕਸ਼ਨ ਅਸੀਂ ਘੱਟ ਵੀ ਕਰ ਲੈਂਦੇ ਹਾਂ, ਵਿੱਚੋਂ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਜੇ ਯੂਰੀਆ ਦੀ ਗੱਲ ਕਰਦੇ ਹਾਂ ਤੇ ਯੂਰੀਆ ਇਕੱਲਾ ਕਿਸਾਨ ਹੀ ਨਹੀਂ ਵਰਤਦਾ, ਕਿਸਾਨਾਂ ਦੇ ਨਾਂ ਤੇ ਫੈਕਟਰੀਆਂ ਵਾਲੇ ਵੀ ਯੂਰੀਆ ਵਰਤ ਰਹੇ ਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਪਲਾਈਬੋਰਡ ਵਾਲੀਆਂ ਫੈਕਟਰੀਆਂ ਉਹਨਾਂ ਦੇ ਵਿੱਚ ਵੀ ਯੂਰੀਆ ਜਿਹੜਾ ਉਹ ਜਾ ਰਿਹਾ ਆ, ਉੱਥੇ ਵੀ ਯੂਰੀਏ ਦੇ ਟਰੱਕਾਂ ਦੇ ਟਰੱਕ ਜਿਹੜੇ ਆ ਲੈ ਰਹੇ ਆ। ਸੋ ਦੂਜੀ ਗੱਲ ਕਰੀਏ ਯੂਰੀਏ ਦੀ ਜਾਂ ਦੂਸਰੀਆਂ ਖਾਦਾਂ ਦੀ ਗੱਲ ਕਰੀਏ, ਹੁਣ ਜਸ਼ਨਵੀਰ ਸਿੰਘ ਬਰਾੜ ਹੁਣੀ ਬੈਠੇ ਆ, ਜਿਹੜੇ ਸਾਡੇ ਬਲਾਕ ਦੇ ਵਿੱਚ ਜਿੰਨੇ ਵੀ ਸਾਡੇ ਖੇਤੀਬਾੜੀ ਦਫ਼ਤਰ ਆ ਜਾਂ ਜ਼ਿਲ੍ਹੇ ਦੇ ਵਿੱਚ ਸਾਡੇ ਖੇਤੀਬਾੜੀ ਦਫ਼ਤਰ ਆ, ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਕਿ ਜੇਕਰ ਕਿਸਾਨ ਖਾਦ ਦੀ ਵੱਧ ਵਰਤੋਂ ਕਰਦਾ ਹੈ ਤੇ ਉਹਨੂੰ ਰੋਕਣਾ ਕਹਿੰਦੇ ਆ, ਉਹ ਖੇਤੀਬਾੜੀ ਵਿਭਾਗ ਨੇ ਰੋਕਣਾ, ਸਾਡੇ ਐਗਰੀਕਲਚਰ ਅਫਸਰਾਂ ਨੇ ਰੋਕਣਾ, ਸਾਡੇ ਡਾਕਟਰ ਸਾਹਿਬਾਨਾਂ ਨੇ ਰੋਕਣਾ, ਉਹਨਾਂ ਨੇ ਸਲਾਹ ਦੇਣੀ ਹੈ। ਸੋ ਅਸੀਂ ਤਾਂ ਕਹਿੰਦੇ ਹਾਂ ਕਿ ਕੋਈ ਵੀ ਫਸਲ ਆਉਂਦੀ ਹੈ ਉਸ ਤੋਂ ਪਹਿਲਾਂ ਬਕਾਇਦਾ ਬਲਾਕ ਲੈਵਲ ਤੇ ਜਿਹੜੇ ਆ ਕੈਂਪ ਲਗਾਏ ਜਾਣ ਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ। ਸੋ ਜਦੋਂ ਕਿਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ, ਅਸਲ ਦੇ ਵਿੱਚ ਇਹ ਖਾਦਾਂ ਦੀ ਜਾਂ ਦਵਾਈਆਂ ਦੀ ਜਿਹੜੀ ਵੱਧਦੀ ਡੋਜ਼ ਜਾਂ ਵੱਧਦੀ ਵਰਤੋਂ ਦੀ ਗੱਲ ਇਸ ਤਰ੍ਹਾਂ ਆਈ ਹੈ
ਜੇਕਰ ਮਾਹਰ ਕਹਿੰਦੇ ਆ ਕਿ 50 ਗ੍ਰਾਮ ਦਵਾਈ ਅਸੀਂ ਕਿੱਲੇ ਦੀ ਪਾਉਣੀ ਹੈ, ਠੀਕ ਆ, ਤੇ ਕਿਸਾਨ ਜਾ ਕੇ ਦੁਕਾਨ ਵਾਲੇ ਨੂੰ ਕਹਿੰਦਾ ਜੀ ਤੁਸੀਂ 60 ਗ੍ਰਾਮ ਸਾਨੂੰ ਦਵਾਈ ਦੇ ਦਿਓ, ਤੇ ਜਿਹੜਾ ਸਪਰੇ ਕਰਨ ਵਾਲਾ ਹੁੰਦਾ ਆ ਉਹ ਵੀ ਡਾਕਟਰ ਹੀ ਬਣੇ ਹੁੰਦੇ ਅੱਜ ਕੱਲ੍ਹ, ਉਹ 70 ਗ੍ਰਾਮ ਕਹਿੰਦਾ ਪਾਓ ਜੀ, ਮੁੜ ਮੁੜ ਸਪਰੇਆਂ ਨੀ ਹੁੰਦੀਆਂ। ਇਹ ਕਿਤੇ ਨਾ ਕਿਤੇ ਜਿਹੜਾ ਇਹ ਫਰਕ ਤੇ ਪੈਂਦਾ ਹੈਗਾ ਆ। ਤਾਂ ਇਹ ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਕਿ ਜੋ ਖੇਤੀਬਾੜੀ ਵਿਭਾਗ ਆ ਉਹ ਕਹਿੰਦਾ ਕਿ 50% ਦਵਾਈ ਪਾਓ, ਪਰ ਦੁਕਾਨ ਦੇ ਵਿੱਚ ਜਦੋਂ ਕਿਸਾਨ ਗਿਆ ਉਹ ਕਹਿੰਦਾ ਕਿ 60% ਦੇ ਦਿਓ, ਤੇ ਜਦੋਂ ਉਹ ਖੇਤ ਤੱਕ ਸਪਰੇ ਕਰਨ ਦੇ ਲਈ ਪਹੁੰਚਦਾ ਹੈ ਉਹ 50 ਤੋਂ ਸਿੱਧਾ 70 ਹੋ ਜਾਂਦੀ ਹੈ। ਇਹ ਮਤਲਬ ਕਿੱਥੋਂ ਤੁਸੀਂ ਓਬਜ਼ਰਵ ਕੀਤਾ ਇਹ ਚੀਜ਼ਾਂ, ਤੇ ਇਹ ਇਹਨਾਂ ਬਾਰੇ ਜਾਣੂ ਕਰਵਾਉਣ ਦੀ ਜ਼ਰੂਰਤ ਹੈ ਕਿਸਾਨਾਂ ਨੂੰ? ਦੇਖੋ ਜਿਹੜੇ ਦੁਕਾਨਾਂ ਤੇ ਜਿਹੜੇ ਡੀਲਰ ਵੇਚਦੇ ਆ ਨਾ ਦਵਾਈਆਂ, ਅਸਲ ਦੇ ਵਿੱਚ ਅੱਧਿਓਂ ਜ਼ਿਆਦਾ ਤੇ ਡਾਕਟਰ ਉਹੀ ਬਣੇ ਹੋਏ ਨੇ, ਉਹ ਅੱਧੀ ਕਿਤੇ ਡੋਜ਼ ਉਹੀ ਵਧਾ ਦਿੰਦੇ ਆ। ਸੋ ਕਹਿਣ ਤੋਂ ਗੱਲ ਭਾਵਦਾ ਹੈਗਾ ਕਿ ਜੇਕਰ ਸਾਨੂੰ 50 ਗ੍ਰਾਮ ਦੀ ਲੋੜ ਹੈਗੀ ਤੇ ਅਸੀਂ 50 ਗ੍ਰਾਮ ਹੀ ਸਪਰੇ ਕਰੀਏ ਉੱਤੇ, ਜੋ ਸਾਨੂੰ ਖੇਤੀਬਾੜੀ ਵਿਭਾਗ ਨੇ ਜੋ ਸਾਨੂੰ ਪੂਰੀਆਂ ਹਦਾਇਤਾਂ ਕੀਤੀਆਂ ਹੋਵੇ ਜਿੰਨੀ ਸਾਨੂੰ ਡੋਜ਼ ਚਾਹੀਦੀ ਹੈ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਇੱਥੇ ਜਿਹੜੀ ਦਵਾਈਆਂ ਦੀ ਵਰਤੋਂ ਜੇ ਵਧੀ ਹੈ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਨੌਲੇਜ ਦੀ ਘਾਟ ਕਾਰਨ ਜਿਹੜੀ ਕਿਸਾਨਾਂ ਨੂੰ ਇਹ ਹੋ ਸਕਦਾ। ਮੈਂ ਤੇ ਬਰਾੜ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਜਦੋਂ ਵੀ ਕੋਈ ਫਸਲ ਆਉਂਦੀ ਆ ਬਲਾਕ ਲੈਵਲ ਤੇ ਆਪਾਂ ਜਿਹੜੇ ਕੈਂਪ ਲਗਾਈਏ, ਕਿਸਾਨਾਂ ਨੂੰ ਬਕਾਇਦਾ ਜਾਗਰੂਕ ਕਰੀਏ ਤੇ ਉਹਨਾਂ ਨੂੰ ਸਮਝਾਈਏ ਇਸ ਫਸਲ ਨੂੰ ਇੰਨੀ ਡੋਜ਼ ਦੇਣੀ ਹੈ। ਸੋ ਦੂਜੀ ਗੱਲ ਆ, ਹੁਣ ਬਾਸਮਤੀ ਦੀ ਗੱਲ ਆਈ ਹੈ ਤੇ ਕਾਫੀ ਦਵਾਈਆਂ ਤੇ ਪਾਬੰਦੀ ਲਗਾ ਦਿੱਤੀ ਹੈ ਆਪਣੇ ਵਿਭਾਗ ਵੱਲੋਂ, ਤਾਂ ਫਿਰ ਕਿਸਾਨ ਹੁਣ ਕਰ ਥੋੜੀ ਰਹੇ ਆ, ਉਹਨਾਂ ਨੇ ਬੰਦ ਕਰ ਦਿੱਤੀਆਂ। ਸੋ ਅਸੀਂ ਤਾਂ ਚਾਹੁੰਦੇ ਹਾਂ ਕਿ ਸਾਡੀ ਫਸਲ ਦੇ ਵਿੱਚ ਜ਼ਹਿਰ ਦੀ ਗੁਣਵੱਤਾ ਘਟੇ। ਹੁਣ ਅਸਲ ਦੇ ਵਿੱਚ ਕਾਰਨ ਕੀ ਆ ਸਾਡੇ, ਚਲੋ ਦੁਆਬੇ ਦੇ ਵਿੱਚ ਤਾਂ ਜਿਹੜਾ ਆ ਆ ਜਿਹੜਾ ਠੇਕਾ ਆ ਇਹਦਾ ਰੇਟ ਘੱਟ ਆ, ਪਰ ਆ ਮਾਲਵੇ ਦੇ ਵਿੱਚ ਜਾ ਕੇ ਦੇਖੀਏ 75,000-80,000 ਪ੍ਰਤੀ ਏਕੜ ਜਿਹੜਾ ਉੱਥੇ ਠੇਕੇ ਦਾ ਰੇਟ ਹੋਇਆ ਹੈ ਹੈਗਾ, ਤੇ ਉਹ ਜਦੋਂ ਫਿਰ ਪੈਦਾਵਾਰ ਉਹ ਕੱਢਦੇ ਆ, ਜਦੋਂ ਪੈਦਾਵਾਰ ਕੱਢਣੀ ਆ ਫਿਰ ਡਬਲ ਡੋਜ਼ ਪਾ ਦਿੰਦੇ ਆ, ਕਿਤੇ ਨਾ ਕਿਤੇ ਉੱਥੇ ਜਾ ਕੇ ਜਿਹੜਾ ਗੁਣਵੱਤਾ ਦੇ ਵਿੱਚ ਜਿਹੜਾ ਫਰਕ ਆਉਂਦਾ ਆ। ਸੋ ਮੈਂ ਤਾਂ ਇਹ ਗੱਲ ਕਰਦਾ ਕਿ ਕਿਤੇ ਨਾ ਕਿਤੇ ਇਹ ਇਹ ਸਾਰਾ ਕੁਝ ਸੋਚ ਸਮਝ ਕੇ ਜਿਹੜਾ ਕਿਸਾਨ ਨੂੰ ਵੀ, ਕਿਸਾਨ ਵੱਧ ਵਰਤੋਂ ਕਰ ਰਿਹਾ ਕਿਸੇ ਵੀ ਖਾਦ ਦੀ, ਉਹ ਸਿਰਫ ਪ੍ਰੋਡਕਸ਼ਨ ਵਧਾਉਣ ਦੇ ਲਈ ਕਰ ਰਿਹਾ। ਜਿਸ ਤਰ੍ਹਾਂ ਜੰਗਵੀਰ ਜੀ ਕਹਿ ਰਹੇ ਨੇ ਕਿ ਰੇਟ ਹੀ ਇੰਨਾ ਜ਼ਿਆਦਾ ਵੱਧ ਗਿਆ ਠੇਕਿਆਂ ਦਾ, ਤਾਂ ਉਹਨਾਂ ਨੇ ਵੀ ਕੁਝ ਬਚਾਉਣਾ ਹੀ ਆ ਕਾਸ਼ਤਕਾਰ ਨੇ। ਉਹ ਕਹਿੰਦਾ ਕਿ ਮੈਂ ਝਾੜ ਜਿਹੜਾ ਜ਼ਿਆਦਾ ਕੱਢਣਾ, ਮੈਂ ਮੁਨਾਫਾ ਜ਼ਿਆਦਾ ਪਾਉਣਾ, ਤਾਂ ਉਹ ਰੇਹਾਂ ਸਪਰੇਹਾਂ ਜ਼ਿਆਦਾ ਪਾ ਦਿੰਦਾ। ਇਹ ਰੇਹਾਂ ਸਪਰੇਹਾਂ ਪਾਉਣ ਦੇ ਨਾਲ, ਜ਼ਿਆਦਾ ਪਾਉਣ ਦੇ ਨਾਲ ਸੱਚਮੁੱਚੀ ਝਾੜ ਜ਼ਿਆਦਾ ਆਉਂਦਾ, ਅਤੇ ਇਹ ਕਿੰਨੀਆਂ ਕੁ ਸੁਰੱਖਿਅਤ ਨੇ? ਜੇ ਅਸੀਂ ਝਾੜ ਜ਼ਿਆਦਾ ਪਾਉਣ ਦੇ ਲਈ ਰੇਹਾਂ ਸਪਰੇਹਾਂ ਜ਼ਿਆਦਾ ਕਰ ਰਹੇ ਹਾਂ, ਤਾਂ ਕੀ ਇਹ ਸੇਫ ਨੇ? ਪਹਿਲਾਂ ਤਾਂ ਜੋ ਇਹਨਾਂ ਨੇ ਕਿਹਾ ਕਿ ਵਿਭਾਗ ਨੂੰ ਜਾਣਕਾਰੀ ਦੇਣੀ ਚਾਹੀਦੀ ਆ ਕਿਸੇ ਵੀ ਫਸਲ ਤੋਂ ਪਹਿਲਾਂ ਉਹਦੇ ਬਾਰੇ, ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪੱਧਰ 'ਤੇ ਕੈਂਪ ਲਗਾਏ ਜਾਂਦੇ ਆ, ਜਿਹੜੀ ਫਸਲ ਅਗਲੀ ਹੁਣ ਲੱਗਣੀ ਆ ਹਾੜੀ ਦੀ ਫਸਲ ਹੋਊਗੀ ਉਹਦੇ ਜਿਹੜੇ ਕੈਂਪ ਆ ਉਹ ਸਪਤੰਬਰ ਮਹੀਨੇ ਦੇ ਵਿੱਚ ਲੱਗ ਜਾਣਗੇ ਜਾਂ ਸ਼ੁਰੂ ਹੋ ਜਾਣਗੇ। ਆਈ ਈਵਨ ਪਿੰਡਾਂ ਦੇ ਵਿੱਚ ਵੀ ਪਿੰਡ ਪੱਧਰ 'ਤੇ ਵਿਭਾਗ ਵੱਲੋਂ ਕੈਂਪ ਲਾਏ ਜਾਂਦੇ ਆ, ਉਹਨਾਂ ਨੂੰ ਕਿਹੜੀਆਂ ਦਵਾਈਆਂ ਕਰਨੀਆਂ, ਕਿੰਨੀ ਰੇਹ ਪਾਉਣੀ ਉਹਦੇ ਬਾਰੇ ਬਕਾਇਦਾ ਜਾਣਕਾਰੀ ਦਿੱਤੀ ਜਾਂਦੀ ਹੈ। ਹਾਂ, ਇਹ ਗੱਲ ਜ਼ਰੂਰ ਦੇਖਣ ਨੂੰ ਆਈ ਆ ਕਿ ਜਿਹੜਾ ਗੈਪ ਆ ਉਹ ਕਿਤੇ ਨਾ ਕਿਤੇ ਰਹਿ ਜਾਂਦਾ, ਕਿਉਂਕਿ ਜਿਹੜਾ ਹਰ ਫਾਰਮਰ ਜਿਹੜਾ ਖੇਤੀ ਕਰ ਰਿਹਾ ਉਹ ਦਵਾਈ ਰੇ ਆਪ ਨਹੀਂ ਪਾ ਰਿਹਾ, ਉਹ ਸਾਰਾ ਕੁਝ ਡਿਪੈਂਡੈਂਟ ਆ ਲੇਬਰ ਤੇ। ਉਹ ਲੇਬਰ ਦੀ ਜਿਹੜੀ ਉਹ ਤੇ ਵੇਖਦੇ ਹੋਏ ਉਹਨਾਂ ਨੂੰ ਇਹ ਲੱਗਦਾ ਕਿ ਜੇ ਅਸੀਂ ਕੋਈ 5-10% ਵੱਧ ਪਾ ਦਾਂਗੇ ਤਾਂ ਉਹਦਾ ਰਿਜ਼ਲਟ ਪੂਰਾ ਆ ਜਾਏ,
ਕਿ ਲੇਬਰ ਵਾਲਾ ਜੇ ਕੋਈ ਗਲਤੀ ਵੀ ਕਰਦਾ ਯੂਨੀਫਾਰਮਲੀ ਸਪਰੈਡ ਨਹੀਂ ਕਰਦਾ ਤਾਂ ਵੀ ਉਹਦਾ ਜਿਹੜਾ ਰਿਜ਼ਲਟ ਆ ਉਹ ਠੀਕ ਆ ਜੀ। ਦੂਜੀ ਕੀ ਆ ਕਿ ਲੇਬਰ ਅੱਜ ਕੱਲ ਮਹਿੰਗੀ ਹੋ ਗਈ ਆ, ਤਾਂ ਕਰਕੇ ਤੁਸੀਂ ਦੇਖਿਆ ਹੋਊਗਾ ਕਿ ਜਿਹੜੀਆਂ ਸਪਰੇਆਂ ਕਰਦੇ ਆ ਉਹਦੇ ਵਿੱਚ ਵੀ ਉਹ ਕਹਿੰਦੇ ਕਿ ਮਿਕਸ ਕਰ ਦਈਏ, ਇੱਕ ਦੀ ਥਾਂ ਤੇ ਦੋ ਤਿੰਨ ਇਕੱਠੀਆਂ ਕਰ ਦਈਏ, ਤਾਂ ਜੋ ਆਪਾਂ ਨੂੰ ਵਾਰੀ ਵਾਰੀ ਖੇਤ ਦੇ ਵਿੱਚ ਵੜਨਾ ਨਾ ਪਵੇ। ਜਿਹੜੀ ਲੇਬਰ ਆ ਉਹ ਮਿਲਦੀ ਵੀ ਘੱਟ ਆ ਤੇ ਹੈ ਵੀ ਮਹਿੰਗੀ। ਕਿਸਾਨਾਂ ਨੂੰ ਬਹੁਤਿਆਂ ਨੂੰ ਇਹਦੇ ਉਸ ਬਾਰੇ ਜਾਣਕਾਰੀ ਵੀ ਆ, ਬਹੁਤ ਜਾਗਰੂਕ ਵੀ ਹੋ ਰਹੇ ਆ, ਬਹੁਤ ਜਿਹੜੀਆਂ ਲਾਲ ਨਿਸ਼ਾਨ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਉਹ ਛੱਡ ਵੀ ਰਹੇ ਆ। ਜਿਹੜੀ ਖਾਦਾਂ ਦੀ ਗੱਲ ਕਰੀਏ, ਖਾਦਾਂ ਦੇ ਵਿੱਚ ਵੀ ਅੱਜ ਕੱਲ ਲੋਕ ਬੜੇ ਜਾਣਕਾਰ ਹੋ ਗਏ ਆ, ਉਹਨਾਂ ਨੂੰ ਲੱਗਦਾ ਕਿ ਸਾਡੀ ਫਸਲ ਨੂੰ ਜੇ ਅਸੀਂ ਵੱਧ ਖਾਦ ਪਾਵਾਂਗੇ ਤਾਂ ਉਹਦੇ ਨਾਲ ਜਿਹੜੇ ਰਿਜ਼ਲਟ ਆ ਉਹ ਜ਼ਿਆਦਾ ਵਧੀਆ ਵੀ ਆ ਜਾਣ। ਬਿਲਕੁਲ, ਤੇ ਪਿਛਲੇ ਦਿਨਾਂ ਦੇ ਵਿੱਚ ਕੁਛ ਕਿਸਮਾਂ ਦੇ ਵਿੱਚ ਇਹ ਹੋਇਆ ਕਿ ਸੋ ਜਿਹੜੀ ਉਹਨਾਂ ਦੀ ਇਕਨੋਮਿਕਸ ਆ ਉਹ ਇਹ ਕਹਿੰਦੀ ਆ ਕਿ ਜਿਹੜਾ ਯੂਰੀਆ ਦਾ ਗੱਟਾ, ਜਿਵੇਂ ਤੁਸੀਂ ਯੂਰੀਆ ਦੀ ਗੱਲ ਕੀਤੀ ਤਾਂ ਉਹ ਸਿਰਫ ਮਤਲਬ 250 ਦਾ, ਜੇ ਉਹ ਕਿਤੇ ਵੱਧ ਵੀ ਪੈ ਜੇ ਤੇ ਜੇ ਉਹਨਾਂ ਦਾ ਝਾੜ ਵੱਧਦਾ ਤਾਂ ਉਹਨਾਂ ਨੂੰ ਆਪਦੇ ਪੱਧਰ ਤੇ ਫਾਇਦਾ ਲੱਗਦਾ। ਦੂਜਾ ਜਿਵੇਂ ਬਾਈ ਜੀ ਨੇ ਗੱਲ ਕਹੀ ਕਿ ਜਿਹੜੇ ਮਾਲਵੇ ਦੇ ਵਿੱਚ ਠੇਕੇ ਬਹੁਤ ਜ਼ਿਆਦਾ, ਇਹ ਜਮਾਂ ਸਹੀ ਆ। ਜਿਹੜਾ ਹੁਣ 80,000 ਨੂੰ 75,000 ਨੂੰ ਲੈ ਰਿਹਾ ਠੇਕੇ ਤੇ, ਜੇ ਉਹ 2 ਗੱਟੇ ਜਾਂ 2.25 ਗੱਟੇ ਜਾਂ 2.5 ਗੱਟੇ ਝੋਨੇ ਨੂੰ ਯੂਰੀਆ ਪਾਊਗਾ ਤਾਂ ਉਹਦਾ ਜਿਹੜਾ ਝਾੜ ਆ ਉਹ 75 ਮਨ ਦੇ ਆਸ ਪਾਸ ਰਹਿ ਜੂਗਾ, ਜੋ ਯੂਨੀਵਰਸਿਟੀ ਕਹਿੰਦੀ ਹੈ ਜੀ। ਇਹਦੇ ਨਾਲ ਉਹਦਾ ਠੇਕਾ ਪੂਰਾ ਹੋਣਾ, ਉਦੋਂ ਬਾਅਦ ਉਹਦੀ ਬੱਚਤ, ਇਹ ਇਹ ਇਕਨੋਮਿਕਸ ਤੇ ਕਿਤੇ ਨਾ ਕਿਤੇ ਚੱਕਰ ਪੈ ਗਿਆ। ਤਾਂ ਫਿਰ ਉਹਨੂੰ ਇਹ ਲੱਗਦਾ ਕਿ ਮੈਂ ਰੇਹ ਵੀ ਜ਼ਿਆਦਾ ਪਾ ਦਾਂ। ਫਿਰ ਉਦੋਂ ਬਾਅਦ ਕੀ ਆ ਕਿ ਜਿਹੜੀਆਂ ਸਪਰੇਆਂ ਉਹਨਾਂ ਦਾ ਜਿਵੇਂ ਯੂਨੀਵਰਸਿਟੀ ਕਹਿੰਦੀ ਆ, ਵਿਭਾਗ ਕੈਂਪਾਂ ਦੇ ਵਿੱਚ ਕਹਿੰਦਾ ਕਿ ਤੁਸੀਂ ETL ਲੈਵਲ ਤੋਂ ਬਾਅਦ ਕਰੋ, ਇਕਨੋਮਿਕ ਥ੍ਰੈਸ਼ਹੋਲਡ ਲੈਵਲ, ਜਦੋਂ ਇੰਨੀ ਕੁ ਕਗਾਰ ਹੋ ਗਈ ਕਿਸੇ ਕੀੜੇ ਦੀ ਕਿ ਉਦੋਂ ਬਾਅਦ ਉਹ ਆਪਣੀ ਫਸਲ ਨੂੰ ਨੁਕਸਾਨ ਕਰੂਗਾ। ਪਰੰਤੂ ਫਾਰਮਰ ਕਿਤੇ ਨਾ ਕਿਤੇ ਇਹ ਚਾਹੁੰਦਾ ਕਿ ਸਾਡੇ ਖੇਤ ਦੇ ਵਿੱਚ ਉਹ ਕੀੜਾ ਆਵੇ ਨਾ, ਉਹ ਆਪਦੀ ਥਾਂ ਤੇ ਸਹੀ ਆ ਕਿ ਸਪਰੇਅ ਤਾਂ ਬਾਅਦ ਦੇ ਵਿੱਚ ਵੀ ਕਰਨੀ ਹੈ, ਬਿਲਕੁਲ, ਤੇ ਪਹਿਲਾਂ ਕਰ ਦਈਏ, ਠੀਕ ਹੈ। ਇਸ ਕਰਕੇ ਥੋੜਾ ਜਿਹਾ ਜਿਹੜਾ ਜ਼ਿਆਦਾ ਆ ਰਿਹਾ, ਜਿਹੜਾ ਪੈਸਟੀਸਾਈਡ ਦੇ ਲੇਬਰ ਦਾ ਯੂਸੇਜ ਜ਼ਿਆਦਾ ਹੋ ਰਹੀ ਆ, ਬਟ ਇਹਦੇ ਵਿੱਚ ਇਹ ਵੀ ਆਪਾਂ ਨੂੰ ਮੰਨਣਾ ਪੈਣਾ ਕਿ ਨਾਲ ਨਾਲ ਜਿਹੜਾ ਝਾੜ ਆ ਉਹ ਵੀ ਵੱਧ ਰਿਹਾ। ਬਰਾੜ ਸਾਹਿਬ, ਇਹੀ ਗੱਲ ਹੈ ਕਿ ਝਾੜ ਵਧਾਉਣ ਦੇ ਚੱਕਰ 'ਚ ਕਿਤੇ ਅਸੀਂ ਜ਼ਹਿਰ ਤਾਂ ਨਹੀਂ ਖਾ ਰਹੇ? ਇਹੀ ਸਵਾਲ ਹੈ ਕਿ ਯੂਨੀਵਰਸਿਟੀ ਕਹਿ ਰਹੀ ਆ 50% ਪਾਓ, ਕਿਸਾਨ ਝਾੜ ਵਧਾਉਣ ਦੇ ਚੱਕਰ 'ਚ 70 ਪਾ ਦਿੰਦਾ, ਉਹ ਜ਼ਹਿਰ ਦੀ ਮਾਤਰਾ ਵੱਧ ਜਾਂਦੀ ਹੈ, ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸੁਰੱਖਿਅਤ ਵੀ ਹੈ ਜਾਂ ਨਹੀਂ? ਨਹੀਂ, ਇਹ ਤਾਂ ਜਿਹੜੇ ਜੇ ਤਾਂ ਆਪਾਂ ਸਪਰੇਅ ਦੀ ਗੱਲ ਕਰੀਏ ਤਾਂ ਉਹ ਤਾਂ ਆਪਾਂ ਨੂੰ ਜਿੰਨੀ ਰਿਕਮੈਂਡਡ ਆ ਉਨੀ ਹੀ ਕਰਨੀ ਚਾਹੀਦੀ ਆ, ਤੇ ਉਹਦੇ ਵਿੱਚ ਜਿਹੜੀ ਜ਼ਿਆਦਾ ਪਾਉਂਦੇ ਆ ਉਹ ਕਿਤੇ ਨਾ ਕਿਤੇ ਸੋਚ ਵਾਲੀ ਗੱਲ ਆ ਤੇ ਆਪਾਂ ਨੂੰ ਜ਼ਰੂਰ ਸੋਚਣਾ ਚਾਹੀਦਾ। ਤੇ ਜਿਹੜੀ ਰੇਹ ਵਾਲੀ ਗੱਲ ਆ ਉਹਦੇ ਵਿੱਚ ਸਰਕਾਰ ਹੁਣ ਲੈ ਕੇ ਆ ਰਹੀ ਹੈ ਨੈਨੋ ਫਰਟੀਲਾਈਜ਼ਰ, ਨੈਨੋ ਪਹਿਲਾਂ 4% ਦੇ ਵਿੱਚ ਹੁੰਦੀ ਸੀ, ਹੁਣ ਇਹਨਾਂ ਨੇ 20% ਦੇ ਵਿੱਚ ਲੈ ਕੇ ਆਉਂਦੀ ਆ ਕਿ ਜੇ ਤੁਹਾਨੂੰ ਲੋੜ ਲੱਗਦੀ ਆ ਤਾਂ ਉਦੋਂ ਬਾਅਦ ਤੁਸੀਂ ਸਪਰੇਅ ਕਰ ਲਓ, ਠੀਕ ਹੈ। ਉਹਦੇ ਨਾਲ ਕੀ ਹੈ ਕਿ ਮਿੱਟੀ ਤੇ ਕੋਈ ਅਸਰ ਨਹੀਂ ਹੋਊਗਾ, ਆਪਣੀ ਫਸਲ ਜੇ ਕਿਤੇ ਦਰਮਿਆਨੀ ਆ, ਕਿਤੇ ਆਪਾਂ ਨੂੰ ਲੱਗਦਾ ਕਿ ਮਾੜੀ ਆ, ਤਾਂ ਉਹ ਉਹਨੂੰ ਓਵਰਕਮ ਕਰ ਲਊਗੀ ਤੇ ਵਧੀਆ ਹਾਲਤ ਦੇ ਵਿੱਚ। ਬਰਾੜ ਸਾਹਿਬ, ਆਪਾਂ ਡੁਪਲੀਕੇਸੀ ਦੇ ਉੱਤੇ ਵੀ ਗੱਲ ਕਰਨੀ ਆ, ਸਵਾਲ ਕਾਕਾ ਗਾਂਧੀ ਜੀ ਨੂੰ ਪੁੱਛਾਂਗੇ, ਡੀਲਰ ਨੇ ਇਹ ਵਪਾਰ ਕਰਦੇ ਨੇ ਫਰਟੀਲਾਈਜ਼ਰਸ ਦਾ। ਤਾਂ ਕਾਕਾ ਗਾਂਧੀ, ਜੋ ਜੰਗਵੀਰ ਜੀ ਕਹਿ ਰਹੇ ਸੀ ਕਿ ਡੁਪਲੀਕੇਸੀ ਬਹੁਤ ਜ਼ਿਆਦਾ ਆ ਰਹੀ ਹੈ, ਅਤੇ ਇੱਕ ਨਾਲੋਂ ਨਾਲ ਇਹ ਵੀ ਸਵਾਲ ਸੀ ਕਿ ਜਦੋਂ ਕਿਸਾਨ ਤੁਹਾਡੇ ਕੋਲ ਕੋਈ ਦਵਾਈ ਲੈਣ ਦੇ ਲਈ ਆਉਂਦੇ ਨੇ,
ਉਹ ਕਹਿੰਦਾ ਕਿ ਮੈਨੂੰ 500 ml ਦੀ ਸ਼ੀਸ਼ੀ ਦੇ ਦਿਓ, ਪਰ ਡੀਲਰ ਉਹਨੂੰ 750 ਦੇ ਦਿੰਦਾ ਕਿ ਤੇਰੀ 500 ਦੇ ਨਾਲ ਪੂਰਤੀ ਨਹੀਂ ਪੈਣੀ, ਤੂੰ 750 ਲੈ ਚੱਲ। ਹੁਣ ਉਹ ਡੀਲਰ ਹੈ ਆਪਣੇ ਮੁਨਾਫੇ ਦੇ ਲਈ ਕਹਿ ਰਿਹਾ ਉਸ ਨੂੰ, ਇਹਦੇ 'ਚ ਕਿਸਾਨ ਦਾ ਕੋਈ ਮੁਨਾਫਾ ਹੋਏਗਾ ਜਾਂ ਨਹੀਂ ਹੋਏਗਾ ਇਹ ਬਾਅਦ ਦੀ ਗੱਲ ਹੈ। ਇਹ ਸਾਰੀਆਂ ਗੱਲਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਾਕਾ ਗਾਂਧੀ ਜੀ, ਤੁਹਾਡੀ ਆਵਾਜ਼ ਨਹੀਂ ਸਾਡੇ ਤੱਕ ਪਹੁੰਚ ਰਹੀ, ਮੈਂ ਚਾਹੁੰਦਾ ਕਿ ਆਪਣੇ ਤਰਫ ਤੋਂ ਦੇਖ ਲਓ, ਜ਼ਰਾ ਮਿਊਟ ਨਾ ਹੋਵੇ ਤੁਹਾਡਾ। ਨਹੀਂ ਨਹੀਂ ਜੀ, ਹੁਣ ਆ ਰਹੀ ਹੈ ਜੀ, ਬੋਲੋ। ਡਾਕਟਰ ਬਰਾੜ ਜੀ ਨੇ ਜਿਹੜੀ ਪਹਿਲਾਂ ਤਾਂ ਖਾਦ ਤੇ ਗੱਲ ਕਹੀ ਹੈ, ਜਿਹੜੀ ਖਾਦ ਤੁਸੀਂ ਕਹਿ ਰਹੇ ਹੋ ਵੀ ਯੂਰੀਆ ਦੇ ਭਾਅ ਜੀ, ਪਹਿਲਾਂ ਤਾਂ ਯੂਰੀਆ ਜਿਹੜੀ ਵਰਤੋਂ ਜ਼ਿਆਦਾ ਹੋ ਰਹੀ ਹੈ ਫਾਰਮਰ ਕਰ ਰਿਹਾ ਹੈ, ਇਹ ਯੂਰੀਆ ਤੇ ਕੀ ਹੈ ਵੀ ਇੱਕ ਜਦੋਂ ਕਿਸੇ ਆਦਮੀ ਨੂੰ ਕੋਈ ਨਸ਼ਾ ਲੱਗ ਜਾਂਦਾ ਨਾ ਜੀ ਕਿਸੇ ਤਰ੍ਹਾਂ ਦਾ ਵੀ, ਉਸੇ ਤਰ੍ਹਾਂ ਯੂਰੀਆ ਜਿਹੜੀ ਖਾਦ ਹੈ ਨਾ, ਫਾਰਮਰ ਨੂੰ ਤਸੱਲੀ ਨਹੀਂ ਯਾਰ ਮੈਂ 2 ਕੱਟੇ ਪਾਉਣ ਨਾਲ ਮੇਰੇ ਵੀ ਮੇਰੇ ਮੰਨ ਲਓ ਕਿਸੇ ਬਾਸਮਤੀ ਦੇ ਵਿੱਚ ਫਾਰਮ ਨੂੰ ਕਹਿੰਦੇ ਵੀ 2 ਕੱਟੇ ਆਪਾਂ ਪਾਉਣੇ ਹੈ, ਉਹ ਜਿੰਨਾ ਚਿਰ ਫਾਰਮਰ 4 ਕੱਟੇ ਨਾ ਪਾ ਲਏ ਬਾਸਮਤੀ, ਉਹਨੂੰ ਤਸੱਲੀ ਨਹੀਂ, ਕਿਉਂਕਿ ਉਹਨਾਂ ਦਾ ਖੇਤ ਜਿਹੜਾ ਨਸ਼ੇ ਦੇ ਲਾਤਾ। ਬਰਾੜ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਜਸ਼ਨ ਜੀ ਨੇ ਵੀ ਫਾਰਮਰ ਨੂੰ ਤੁਸੀਂ ਜਿੰਨਾ ਮਰਜ਼ੀ ਕਹੀਓ ਡੋਜ਼ ਵਧਾ ਵੀ ਘੱਟ ਪਾਓ, ਪਰ ਉਹ ਨਹੀਂ ਮੰਨਦੇ। ਬਾਕੀ ਆਪਾਂ ਆਈਏ ਦਵਾਈ ਡੁਪਲੀਕੇਸੀ ਦੀ ਗੱਲ, ਡੁਪਲੀਕੇਸੀ ਦਵਾਈ ਤਾਂ ਦੇਖੋ ਜੀ ਮਾੜੀ ਕੰਪਨੀ ਦੀ ਤਾਂ ਹੋ ਸਕਦੀ, ਮੈਂ ਮੁਕਤਸਰ ਦੇ ਵਿੱਚ ਤਾਂ ਕੋਈ ਡੁਪਲੀਕੇਸੀ ਦਵਾਈ ਹਜੇ ਤੱਕ ਦੇਖੀ ਡੁਪਲੀਕੇਸੀ ਦਾ ਨਾਂ ਹੀ ਹੈ, ਠੀਕ ਹੈ ਕੋਈ ਚੰਗੀ ਮਾੜੀ ਕੰਪਨੀ ਦਾ ਆਪਾਂ ਮੰਨ ਸਕਦੇ ਹਾਂ ਵੀ ਹੋ ਸਕਦੀ ਹੈ, ਪਰ ਡੁਪਲੀਕੇਸੀ ਦਾ ਨਾਂ ਮੈਂ ਮੁਕਤਸਰ ਦੇ ਵਿੱਚ ਮੰਡੀ ਦੇ ਵਿੱਚ ਅੱਜ ਤੱਕ ਨਹੀਂ ਸੁਣਿਆ ਵੀ ਮੁਕਤਸਰ ਮੰਡੀ ਦੇ ਵਿੱਚ ਕੋਈ ਡੁਪਲੀਕੇਸੀ ਦਵਾਈ ਫੜੀ ਗਈ ਹੈ। ਉਸ ਤੋਂ ਬਾਅਦ ਬਾਈ ਜੀ ਜੰਗ ਸਿੰਘ ਜੀ ਬੈਠੇ ਆ, ਇਹਨਾਂ ਨੇ ਬਹੁਤ ਵਧੀਆ ਗੱਲ ਕਹੀ ਵੀ ਜਿਹੜੀ ਖਾਦਾਂ ਦੀ ਵਰਤੋਂ ਹੈ ਵੀ ਠੀਕ ਹੈ ਵੀ ਆਪਾਂ ਫਾਰਮਰ ਨੂੰ ਜਿੰਨਾ ਮਰਜ਼ੀ ਕਹਿ ਦਈਏ ਵੀ ਯਾਰ ਇਸ ਤੇ ਖਾਦ ਦੀ ਬਾਹਲੀ ਨਹੀਂ ਜ਼ਰੂਰਤ ਹੈਗੀ, ਪਰ ਫਾਰਮਰ ਵੱਲੋਂ ਬੜੀ ਸਾਨੂੰ ਝੂਠ ਮਾਰ ਕੇ ਲੈ ਜਾਂਦੇ ਖਾਦ, 2 ਕੱਟੇ ਕਹਿ ਦਈਏ ਨਾ ਤਾਂ ਉਹਨੇ ਜਾ ਕੇ ਫਿਰ ਵੀ 3 ਤੋਂ 4 ਕੱਟੇ ਪਾਉਣੇ ਆ ਜੀ। ਬਹੁਤ ਮਤਲਬ ਇਹ ਗੱਲਾਂ ਜਿਹੜੀਆਂ ਨੇ ਜੀ ਦਵਾਈ ਦੀ, ਜਿਹੜੀਆਂ ਪੈਸਟੀਸਾਈਡ ਆ ਸਾਡੇ, ਇਹਨਾਂ ਨੇ ਕਿਹਾ ਵੀ 500 ml ਦਵਾਈ ਲੈਣੀ ਹੈ, ਪਹਿਲਾਂ ਤਾਂ ਅਸੀਂ ਜਿਵੇਂ ਤੁਸੀਂ ਪਹਿਲਾਂ ਗੱਲ ਆਖੀ ਹੈ ਵੀ ਡੋਜ਼ ਕੰਪਨੀ ਦੀ ਕੋਈ 40 ml ਡੋਜ਼ ਆ ਕਿਸੇ ਚੀਜ਼ ਦੀ ਜੀ, ਅਸੀਂ ਉਹਨੂੰ 60 ਕਰ ਦਿੰਦੇ ਹਾਂ ਜੀ ਦੁਕਾਨਦਾਰੀ ਜੀ, ਫਾਰਮਰ ਜਾ ਕੇ ਉਹਨੂੰ 100 ml ਕਰ ਦਿੰਦਾ ਜੀ। ਦੇਖੋ ਡੋਜ਼ ਤਾਂ ਆਪਣੇ ਆਪ ਹੀ ਵੱਧ ਗਈ ਜੀ, ਵੀ 40 ml ਵਾਲੀ ਦੁਕਾਨਦਾਰ ਨੇ 60 ਕਹਿਤੀ, ਫਾਰਮਰ ਜਾ ਕੇ 100 ml ਪਾਉਂਦਾ ਜੀ, ਬਿਲਕੁਲ ਉਹਦੇ ਚ ਸਾਰਾ ਕੁਝ, ਉਹਦੇ ਚ ਕੋਈ ਦੁਕਾਨਦਾਰ ਦਾ ਕਸੂਰ ਨਹੀਂ ਸਾਰਾ। ਅੱਛਾ ਗਾਂਧੀ ਜੀ, ਇੱਕ ਹੋਰ ਸਵਾਲ ਹੈ ਮੇਰਾ, ਜੋ DAP ਖਾਦ ਦੇ ਤੁਹਾਨੂੰ ਪਤਾ ਹੋਊਗਾ ਜਿਹੜੇ ਨਮੂਨੇ ਨੇ ਜੋ ਟੈਸਟਿੰਗ ਹੋਈ ਹੈ ਇਹ ਫੇਲ ਹੋਈ ਹੈ 60%, ਅਤੇ ਪੰਜਾਬ ਸਰਕਾਰ ਨੇ ਵੀ ਉਸ ਤੋਂ ਬਾਅਦ ਸਖਤੀ ਕੀਤੀ ਆ, ਪ੍ਰਾਈਵੇਟ ਕੰਪਨੀਜ਼ ਦੇ ਉੱਤੇ ਵੀ, ਡੀਲਰਸ ਦੇ ਉੱਤੇ ਵੀ, 65,000 metric tons ਦੇ ਮੁਕਾਬਲੇ ਸਿਰਫ 22,000 ਹੀ DAP ਪਹੁੰਚੀ ਹੈ, ਉਹ ਇਸ ਕਰਕੇ ਕਿਉਂਕਿ ਜਿਹੜੇ ਨਮੂਨੇ ਨੇ ਉਹ 60% ਫੇਲ ਹੋ ਗਏ, ਇਹ ਕੀ ਕਾਰਨ ਰਹੇ ਨੇ? ਇਹ ਬਰਾੜ ਸਾਹਿਬ ਤੁਹਾਡੇ ਤੋਂ ਵੀ ਪੁੱਛਾਂਗੇ ਅਸੀਂ। ਗਾਂਧੀ ਜੀ ਤੁਸੀਂ ਦੱਸੋ ਪਹਿਲਾਂ ਕੀ ਗੱਲ ਹੋ ਸਕਦੀ। ਹਾਂਜੀ ਸਰ, ਅਸਲ ਦੇ ਵਿੱਚ ਕੀ ਹੈ ਜੀ, ਜਦੋਂ ਦੀ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਬਣੀ ਹੈ ਜੀ ਆਪਣੇ ਪੰਜਾਬ ਦੇ ਵਿੱਚ, ਮਤਲਬ ਇਸ ਬਾਰੇ ਖੇਤੀ ਵਾਲੇ ਪਾਸੇ ਬਹੁਤ ਅਗਾਂਹ ਜਾ ਕੇ ਧਿਆਨ ਦਿੱਤਾ ਜਾ ਰਿਹਾ, ਦੂਜੀਆਂ ਸਰਕਾਰਾਂ ਦੇ ਮੁਤਾਬਕ, ਮਤਲਬ ਦੂਜੀਆਂ ਸਰਕਾਰਾਂ ਦੇ ਮੁਤਾਬਕ ਭਗਵੰਤ ਮਾਨ ਜੀ ਖੇਤੀ ਨੂੰ ਆਪਣਾ ਸਭ ਤੋਂ ਪਹਿਲਾਂ ਪ੍ਰਿਓਰਟੀ ਬੇਸ ਤੇ ਮਤਲਬ ਲਿਆ ਗਿਆ ਇਹਨਾਂ ਨੇ ਪੰਜਾਬ ਦੇ ਵਿੱਚ, ਕਿਸੇ ਸਰਕਾਰ ਨੇ ਵੀ ਇਸ ਤੇ ਮਤਲਬ ਕੋਈ ਕਿਸੇ ਤਰ੍ਹਾਂ ਦਾ ਕੋਈ ਜ਼ੋਰ ਅੱਜ ਤੱਕ ਨਹੀਂ ਲਾਇਆ ਗਾ, ਜਿੰਨਾ ਭਗਵੰਤ ਮਾਨ ਜੀ ਸਰਕਾਰ ਆਪਣੇ CM ਸਾਹਿਬ ਲਾ ਰਹੇ ਹੈ ਨਾ, ਉਹਨਾਂ ਹੀ ਮਤਲਬ ਮੈਂ ਦੇਖਿਆ ਵੀ ਕਿੰਨੀਆਂ ਸਰਕਾਰਾਂ ਆਈਆਂ ਗਈਆਂ, ਪਰ ਉਸ ਤੇ ਕਿਸੇ ਨੇ ਵੀ ਇਸ ਖੇਤੀ ਨੂੰ, ਹਾਲਾਂਕਿ ਪੰਜਾਬ ਇੱਕ ਖੇਤੀ ਸੂਬਾ ਹੈ, ਪੰਜਾਬ ਜਿਹੜੀ ਖੇਤੀ ਤੇ ਹੀ ਸਾਰਾ ਡਿਪੈਂਡ ਹੈ, ਜੇ ਖੇਤੀ ਹੋਊ ਜ਼ਿਮੀਂਦਾਰ ਬਚੂ ਤਾਂ ਸਾਰੇ ਬਚਣਗੇ, ਜੇ ਆਪਾਂ ਖੇਤੀ ਤੇ ਆਪਾਂ ਸੋਚੀਏ ਵੀ ਜ਼ੋਰ ਨਾਲ ਲਾਵਾਂਗੇ ਤਾਂ ਫਿਰ ਕੰਮ ਚੱਲਣਾ ਹੀ ਨਹੀਂ ਜੀ। ਭਗਵੰਤ ਮਾਨ ਸਰਕਾਰ ਨੇ, CM ਸਾਹਿਬ ਨੇ, ਇੱਥੇ ਆਪਣੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਆਪਣੇ ਖੇਤੀਬਾੜੀ ਮੰਤਰੀ ਹੈ, ਉਹਨਾਂ ਨੂੰ ਬਹੁਤ ਸਖ਼ਤ ਹਦਾਇਤਾਂ ਦਿੱਤੀਆਂ। ਜਿਹੜੇ ਨਮੂਨੇ ਫੇਲ ਹੋਏ ਨੇ ਇਹਨਾਂ ਬਾਰੇ ਤੁਸੀਂ ਕੀ ਕਹੋਗੇ?
ਨਮੂਨੇ ਦੇਖੋ ਜੀ, ਮੁਕਤਸਰ ਦੇ ਵਿੱਚ ਤਾਂ ਕੋਈ ਨਮੂਨੇ ਇਸ ਤਰ੍ਹਾਂ ਦਾ ਕੋਈ, ਮਤਲਬ ਮੈਂ ਸੁਣਿਆ ਨਹੀਂ ਕੋਈ DAP ਦਾ ਨਮੂਨਾ ਮੁਕਤਸਰ ਦੇ ਵਿੱਚ ਕੋਈ ਫੇਲ ਹੋਇਆ ਵੀ। ਚਲੋ ਜੋ ਵੀ DAP ਦਾ ਤੁਸੀਂ ਦੱਸ ਰਹੇ ਹਾਂ ਕਿੰਨੇ ਪਰਸੈਂਟ ਦੱਸ ਰਹੇ ਫੇਲ ਹੋਇਆ, ਪਰ ਇਸ ਤੇ ਵੀ ਇਹ ਗੱਲ ਹੈ ਵੀ ਥੋੜਾ ਜਿਹਾ ਕੰਪਨੀਆਂ ਤੇ ਵੀ ਸਰਕਾਰ ਨੂੰ ਜ਼ੋਰ ਪਜ਼ੋਰ ਕਰਕੇ ਸਖਤਾਈ ਵਰਤਣੀ ਚਾਹੀਦੀ ਹੈ। ਜੀ ਜੀ, ਸਮਾਂ ਬੜਾ ਸੀਮਤ ਹੈ, ਮੈਂ ਸਮਾਂ ਬੜਾ ਸੀਮਤ ਹੈ ਬ੍ਰਾਦਰ ਸਾਹਿਬ, ਤੁਹਾਡੇ ਤੋਂ ਬਸ 30 ਸਕਿੰਟ ਦੇ ਵਿੱਚ ਜਵਾਬ ਚਾਹਾਂਗਾ ਕਿ ਇਹ ਜੋ ਨਮੂਨੇ ਫੇਲ ਹੋਏ ਨੇ ਕੀ ਕਾਰਨ ਨੇ ਤੇ ਖੇਤੀਬਾੜੀ ਵਿਭਾਗ ਇਸ ਦੇ ਪ੍ਰਤੀ ਕਿੰਨਾ ਕੁ ਚੇਤਨ ਹੈ। ਇਹ DAP ਸੰਬੰਧੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ 10 ਤੋਂ 15 ਸੈਂਪਲ ਲਏ ਗਏ ਆ, ਉਹਦੇ ਵਿੱਚੋਂ ਕੋਈ ਵੀ ਫੇਲ ਨਹੀਂ ਆਇਆ। ਮੁਕਤਸਰ ਦੇ ਵਿੱਚ ਜਿਹੜਾ ਵੀ ਕੋਈ ਰੈਕ ਲੱਗ ਰਿਹਾ ਉਹਦੇ ਅਸੀਂ ਬਕਾਇਦਾ ਸੈਂਪਲ ਲੈ ਰਹੇ ਹਾਂ ਤੇ ਉਹਦੇ ਵਿੱਚ ਇੱਥੇ ਹਜੇ ਤੱਕ ਕੋਈ ਸੈਂਪਲ ਫੇਲ ਨਹੀਂ ਹੋਇਆ। ਉਹ ਜੇ ਕਿਤੇ ਫੇਲ ਪਾਏ ਗਏ ਆ ਉੱਥੇ ਸਰਕਾਰ ਲੈਵਲ ਤੇ ਡਿਪਾਰਟਮੈਂਟ ਲੈਵਲ ਤੇ। ਤਾਂ ਕਿਸਾਨਾਂ ਲਈ ਕੋਈ ਲਾਸਟ ਮੈਸੇਜ, ਕੋਈ ਦੋ ਸ਼ਬਦਾਂ ਦਾ ਮੈਸੇਜ ਕਿਸਾਨਾਂ ਲਈ ਬਰਾੜ ਸਾਹਿਬ? ਇਹੀ ਆ ਕਿ ਜਿਹੜੀ ਵੀ ਤੁਸੀਂ ਖਾਦ ਪਾ ਰਹੇ ਆ ਕੇਵਲ ਇੱਕ ਖਾਦ ਤੇ, ਇੱਕ ਨਿਊਟ੍ਰੈਂਟ ਵਾਸਤੇ ਇੱਕ ਖਾਦ ਤੇ ਨਿਰਭਰ ਨਾ ਰਹੋ। ਵੱਖ ਵੱਖ ਸੋਰਸਾਂ ਤੋਂ ਜਿਹੜੀ ਖਾਦ ਤੁਸੀਂ ਲਓ, ਜਿਵੇਂ ਯੂਰੀਆ ਇੱਕ ਨਾਈਟ੍ਰੋਜਨ ਦਾ ਸੋਰਸ ਆ, ਯੂਰੀਆ ਵਰਤੋ, ਰੂੜੀ ਖਾਦ ਜੇ ਹੋ ਸਕੇ ਉਹ ਵਰਤੋ, ਹਰੀ ਖਾਦ ਵਰਤੋ, ਤਾਂ ਜੇ ਤੁਸੀਂ ਜਿਹੜੀ ਤੁਹਾਡੀ ਇੰਟੀਗ੍ਰੇਟਡ ਨਿਊਟ੍ਰੈਂਟ ਮੈਨੇਜਮੈਂਟ ਹੋ ਸਕੇ। ਇਵੇਂ ਹੀ ਜਿਹੜੀ ਪੈਸਟ ਕੰਟਰੋਲ ਆ, ਪੈਸਟ ਕੰਟਰੋਲ ਤੁਸੀਂ ਥੋੜਾ ਜਿਹਾ IPM ਵੇਖ ਕੇ ਉਮੀਦ ਹੈ ਦਰਸ਼ਕਾਂ ਦੇ ਜਿਹੜੇ ਕਿਸਾਨਾਂ ਦੇ ਕਾਸ਼ਤਕਾਰਾਂ ਦੇ ਬਹੁਤ ਸਾਰੇ ਜਿਹੜੇ ਸਵਾਲ ਨੇ ਉਹ ਕਲੀਅਰ ਹੋ ਗਏ ਹੋਣਗੇ। ਖੇਤੀਬਾੜੀ ਵਿਭਾਗ ਦਾ ਦੁਬਾਰ ਤੋਂ ਉਹੀ ਕਹਿਣਾ ਹੈ ਕਿ ਤੁਸੀਂ ਰੂੜੀ ਖਾਦ ਵਰਤ ਸਕਦੇ ਹੋ, ਤੁਸੀਂ ਹੋਰ ਰਿਹਾ ਸਪਰੇਹਾਂ ਵੀ ਵਰਤ ਸਕਦੇ ਹੋ, ਕਿਸੇ ਇੱਕ ਦੇ ਉੱਤੇ ਡਿਪੈਂਡੈਂਟ ਨਾ ਰਹੋ। ਜ਼ਰੂਰ ਡੀਲਰ ਦੀ ਨਾ ਸੁਣੋ, ਖੇਤੀਬਾੜੀ ਵਿਭਾਗ ਦੀ ਸੁਣੋ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਅਸੀਂ ਕੁਝ ਚੰਗਾ ਖਿਲਾ ਸਕੀਏ। ਇਹ ਜ਼ਹਿਰ ਦੇ ਮਾਮਲੇ ਦੇ ਵਿੱਚ ਜੋ ਸਾਡਾ ਸੂਬਾ ਪਹਿਲੇ ਨੰਬਰ 'ਤੇ ਆਇਆ, ਇਹ ਥੋੜ੍ਹਾ ਹੁਣ ਘਟਾਉਣ ਦੀ ਜ਼ਰੂਰਤ ਹੈ। ਇਹਨਾਂ ਸ਼ਬਦਾਂ ਦੇ ਨਾਲ ਇਜਾਜ਼ਤ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ।